ਜਾਂ ਕੋਈ ਨਾ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਯਾਨੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਸਰਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ, ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਕੌਣ ਕਰ ਰਿਹਾ, ਬਹੁਤ ਵੱਡੀ ਗੱਲ, ਜਾਂਚ ਦਾ ਵਿਸ਼ਾ ਹੁੰਦਾ ਹੈ। ਪੁਲਿਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਜਿਹੜੇ ਲੋਕ ਕਹਿ ਰਹੇ ਨੇ ਉਹ ਪੁਲਿਸ ਦੀ ਛਵੀ ਤੇ ਠੇਸ ਪਹੁੰਚਾ ਰਹੇ ਨੇ, ਪੁਲਿਸ ਅੱਗੇ ਲਾਅ ਐਂਡ ਆਰਡਰ ਮੇਨਟੇਨ ਕਰਦੀ ਹੈ ਤਾਂ ਪੁਲਿਸ ਉੱਤੇ ਛਵੀ ਤੇ ਠੇਸ ਪਹੁੰਚਾਉਣ ਦਾ ਕੰਮ ਕੀ ਉਹਨਾਂ ਦਾ, ਉਹ ਕੌਣ ਹੁੰਦੇ ਨੇ, ਉਹ ਕੌਣ ਪਰਸਨ ਨੇ ਜਿਹੜੇ ਪੁਲਿਸ ਦੀ ਛਵੀ ਉੱਤੇ ਦਾ ਠੇਸ ਪਹੁੰਚਾਉਂਦੇ ਨੇ। ਖੰਡਿਤ ਮੂਰਤੀ ਨੂੰ ਉਸ ਤੋਂ ਬਾਅਦ ਅਸੀਂ ਉੱਥੇ ਬਿਆਨ ਦੇ ਕੇ ਚਲੇ ਗਏ, ਤੁਹਾਡੇ ਚੈਨਲ ਮਾਧਿਅਮ ਕਈਆਂ ਨੇ ਬਿਆਨ ਦਿੱਤੇ ਆ, ਕਈ ਸੰਗਠਨ ਪਹੁੰਚੇ ਨੇ ਉਸ ਵਕਤ ਤੋਂ ਲੈ ਕੇ ਦੋ ਦਿਨਾਂ ਤੱਕ, ਯਾਨੀ ਕਿ ਉੱਥੇ ਵੀ ਖੰਡਿਤ ਮੂਰਤੀਆਂ ਹੋਈਆਂ ਨੇ ਕਿ ਉਹ ਬੇਅਦਬੀ ਨਹੀਂ ਸੀ। ਸਭ ਤੋਂ ਵੱਡੀ ਤਾਂ ਗੱਲ ਇਹ ਵੀ ਆ ਕਿ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਫੱਟ ਫੱਟ ਕੇ ਬੋਲਦੇ ਨਹੀਂ ਕਰਨਾ ਸੀ। ਪ੍ਰਸ਼ਾਸਨ ਦੇ ਪੁਲਿਸ ਕਮਿਸ਼ਨਰ ਦੇ ਪੇਜ ਦੇ ਉੱਪਰ ਦੇ ਵਿੱਚ ਕੁਝ ਸੰਗਠਨਾਂ ਗੱਲ ਪਾ ਰਹੇ ਨੇ ਕਿ ਇਹ ਬੰਦਾ ਉਹ ਹੈ ਨਹੀਂ ਹੈ, ਕਿ ਗੱਲ ਦਬਾਈ ਗਈ ਹੈ। ਗੱਲ ਮੈਂ ਕਹਿੰਦਾ ਦਬਾਈ ਗਈ ਹੈ ਤਾਂ ਤੁਸੀਂ ਇਨਵੈਸਟੀਗੇਸ਼ਨ ਕਰਵਾਓ ਜਾਂ ਇੱਕ SIT ਟੀਮ ਗਠਿਤ ਕਰੋ ਤਾਂ ਤੁਸੀਂ ਮਾਮਲੇ ਵਧਾਓ। ਮਤਲਬ ਪ੍ਰਸ਼ਾਸਨ ਨੂੰ ਖੁੱਲ੍ਹਾ ਖੁੱਲ੍ਹਾ ਤੁਸੀਂ CP ਸਾਹਿਬ ਨੂੰ ਚੈਲੇਂਜ ਕਰ ਰਹੇ ਹੋ, SP ਸਾਹਿਬ ਨੂੰ ਚੈਲੇਂਜ ਕਰ ਰਹੇ ਹੋ। ਜੋ UP ਦੇ ਵਿੱਚ ਯੋਗੀ ਆਦਿੱਤਿਆਨਾਥ ਨੇ, ਭਗਵੰਤ ਮਾਨ ਸਰਕਾਰ ਵੀ ਇੱਥੇ ਉਹੀ ਚੀਜ਼ ਕਰਵਾਉਣਾ ਚਾਹੁੰਦੀ ਹੈ, ਕਰ ਵੀ ਰਹੀ ਹੈ, ਪਰ ਅਸਲ ਵਿੱਚ ਉਂਗਲ ਉਠਾਉਣ ਵਾਲੇ ਕੌਣ ਨੇ? ਸਾਡੇ ਵਰਗੇ ਬੰਦੇ ਕੋਲ ਜੱਗੇ ਆ ਜਾਂਦੇ ਨੇ, ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਚੰਦ ਰੁਪਈਆਂ ਦੀ ਖਾਤਰ, ਚੰਦ ਕਿਸੇ ਓਪੋਜ਼ਿਟ ਪਾਰਟੀ ਨਾਲ ਜੁੜ ਕੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ, ਨੀਰਜ ਅਤੇ ਹੇਮੰਤ ਮੌਜੂਦ ਹੈ ਲੁਧਿਆਣਾ ਸ਼ਹਿਰ ਦੇ ਸਾਹਨੇਵਾਲ ਹਲਕੇ ਦੇ ਵਿੱਚ। ਇੱਕ ਭੋਲੇ ਸ਼ੰਕਰ ਦਾ ਮੰਦਿਰ ਜਿਹੜਾ ਖੰਡਿਤ ਕਰ ਦਿੱਤਾ ਗਿਆ ਸੀ, ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਤਾਂ ਕਰ ਲਿਆ, ਇੱਕ ਦੋਸ਼ੀ ਤਾਂ ਪੁਲਿਸ ਦੇ ਹਿਰਾਸਤ 'ਚ ਆ ਗਿਆ, ਲੇਕਿਨ ਮਹਾਂਸ਼ਿਵਰਾਤਰੀ ਦਾ ਪਰਵ ਵੀ ਆ ਰਿਹਾ, ਲੇਕਿਨ ਉਸ ਤੋਂ ਪਹਿਲੇ ਇਸਦਾ ਵੀ ਸ਼ਿਵ ਪਰਿਵਾਰ ਨੂੰ ਪੂਰਾ ਖੰਡਿਤ ਕਰ ਦੇਣਾ ਕਿਤੇ ਨਾ ਕਿਤੇ ਨਿੰਦਣਯੋਗ ਵੀ ਹੋ ਜਾਂਦਾ ਵਾ। ਲੇਕਿਨ ਗੱਲ ਕੀਤੀ ਜਾਵੇ ਹੇਮੰਤ ਦੇ ਨਾਲ ਜਾਂ ਨੀਰਜ ਦੇ ਨਾਲ, ਹਿੰਦੂ ਨੇ ਹਰ ਧਰਮ ਨੂੰ ਮੰਨਦੇ ਨੇ ਲੇਕਿਨ ਗੱਲਬਾਤ ਵੀ ਕਰ ਲੈਂਦੇ ਆ। ਹੇਮੰਤ, ਕਿਸ ਤਰ੍ਹਾਂ ਦੇਖਦੇ ਹੋ ਸ਼ਿਵਰਾਤਰੀ ਦਾ ਪਰਵ ਵੀ ਕੋਲ ਹੈ, ਮਹਾਂਸ਼ਿਵਰਾਤਰੀ ਬਣਾਈ ਜਾਂਦੀ ਹੈ ਲੁਧਿਆਣਾ 'ਚ, ਖਾਸ ਕਰਕੇ ਸ਼ਿਵਰਾਤਰੀ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਮਹਾ ਆਰਤੀ ਹੁੰਦੀ ਹੈ, ਸ਼ਿਵ ਦੀ ਪੂਜਨਾ ਹੁੰਦੀ ਹੈ, ਸ਼ਿਵ ਦੀ ਆਰਾਧਨਾ ਹੁੰਦੀ ਹੈ, ਮਾਂ ਗੋਰਾ ਦੀ ਵਿਆਹ ਦੀ ਕਥਾ ਜਿਹੜੀ ਸੁਣਾਈ ਜਾਂਦੀ ਹੈ, ਲੇਕਿਨ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਇੱਦਾਂ ਦੇ ਕੰਮ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਦੇਖੋਗੇ? ਦੇਖੋ ਜੀ, ਪਹਿਲਾਂ ਮੇਰੇ ਸਾਰਿਆਂ ਨੂੰ ਜੈ ਸ਼੍ਰੀ ਰਾਮ, ਜੈ ਮਹਾਕਾਲ, ਵੀਰ ਭੋਗਿਆ ਵਸੁੰਧਰਾ, ਜੈ ਮਹਾਰਾਣਾ। ਕੋਈ ਨਾ ਕੋਈ ਕਿਤੇ ਨਾ ਕਿਤੇ ਤਿਉਹਾਰਾਂ ਦੇ ਵਿੱਚ ਆ ਕੇ ਮੁੱਦੇ ਚੱਕਦੇ ਨੇ ਜਾਂ ਕੋਈ ਨਾ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਯਾਨੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਸਰਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ, ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਕੌਣ ਕਰ ਰਿਹਾ, ਬਹੁਤ ਵੱਡੀ ਗੱਲ, ਜਾਂਚ ਦਾ ਵਿਸ਼ਾ ਹੁੰਦਾ ਹੈ। ਪਰ ਜੁਗਿਆਣਾ ਪਿੰਡ ਦੇ ਵਿੱਚ, ਸਾਹਨੇਵਾਲ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਵਾਪਰੀ ਗਈ ਹੈ, ਜੋ ਬੇਅਦਬੀ ਵਾਪਰੀ ਗਈ ਘਟਨਾ, ਉਸ ਘਟਨਾ ਦੇ ਅਕੋਰਡਿੰਗ ਜੇ ਦੇਖਿਆ ਗਿਆ ਤਾਂ 6 ਘੰਟੇ ਵੇਲੇ ਪੁਲਿਸ ਪ੍ਰਸ਼ਾਸਨ ਨੇ ਬੰਦਾ ਵੈਰੀਫਾਈ ਕਰਕੇ, ਬੰਦਾ ਇਨਵੈਸਟੀਗੇਸ਼ਨ ਕਰਕੇ ਬੰਦਾ ਚੱਕ ਲਿਆ। 6 ਘੰਟੇ ਦੇ ਅੰਦਰ ਵੈਰੀਫਾਈ ਕੀਤਾ ਜੀ ਉਹਨਾਂ ਨੇ, ਬੰਦਾ ਚੱਕਿਆ ਗਿਆ, 6 ਘੰਟੇ ਦੇ ਅੰਦਰ ਚੱਕਿਆ ਗਿਆ। ਉਹ ਤਾਂ ਜਿਹੜਾ ਤੁਹਾਨੂੰ ਪੱਤਰਕਾਰਾਂ ਨੂੰ ਲੈ ਕੇ ਸਾਡੇ ਸਮਾਜ ਸੇਵਕ ਸਾਡੇ ਵਰਗਿਆਂ ਨੂੰ ਬਾਅਦ 'ਚ ਲੱਗਿਆ ਪਤਾ, ਪਰ 6 ਘੰਟੇ ਅੰਦਰ ਸਾਡੇ ਜਿਹੜੇ ਦੇਵ ਸਿੰਘ ਜੀ SP ਸਾਹਿਬ ਨੇ ਉਹਨਾਂ ਨੇ ਤੁਹਾਨੂੰ ਦੱਸਿਆ, ਆਸ਼ਵਾਸਨ ਦਿੱਤਾ ਕਿ ਯਾਨੀ 6 ਘੰਟੇ ਵਿੱਚ ਬੰਦਾ ਵੈਰੀਫਾਈ ਕੀਤਾ ਆ। ਪਰ ਕੁਝ ਹਰ ਗੱਲ ਆਪਾਂ ਦੇਖੀ ਜਾਵੇ ਤਾਂ ਕੋਈ ਕਹਿ ਦਿੰਦਾ ਕਿ ਬੰਦਾ ਵੈਰੀਫਾਈ ਉਹ ਨਹੀਂ ਹੈ, ਕਿ ਬੰਦਾ ਕੋਈ ਹੋਰ ਹੈ, ਕਿ ਪ੍ਰਸ਼ਾਸਨ ਨੇ ਮਤਲਬ ਅਸਲ ਦੇ ਵਿੱਚ ਕਿ ਬੰਦਾ ਕੋਈ ਹੋਰ ਚੱਕਿਆ। ਮੈਂ ਕਹਿੰਦਾ ਕਿ ਪ੍ਰਸ਼ਾਸਨ ਨੇ ਬੰਦਾ ਹੋਰ ਨਹੀਂ ਚੱਕਿਆ, ਇਹ ਪ੍ਰਸ਼ਾਸਨ ਦੇ ਤਾਂ ਸਿੱਧੀ ਸਿੱਧੀ ਉਂਗਲ ਉਠਾਉਣ ਦੀ ਗੱਲ ਹੈ, ਕਿ ਉਂਗਲ ਉਠਾਉਣ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਚੈਲੇ ਉਂਗਲ ਕੌਣ ਉਠਾ ਰਿਹਾ। ਪੁਲਿਸ ਕਮਿਸ਼ਨਰ ਦੇ ਪੇਜ ਦੇ ਉੱਪਰ ਕੁਝ ਸੰਗਠਨ ਦੇ ਸਾਡੇ ਸੰਗਠਨ ਵਿੱਚ ਮੈਸੇਜ ਕਨਵੇ ਕਰ ਰਹੇ ਨੇ। ਹੇਮੰਤ ਜੀ, ਮੈਂ ਤਾਂ ਇੱਕ ਗੱਲ ਦੱਸਦਾ, ਪੁਲਿਸ ਦੀ ਉੱਤੇ ਉਂਗਲ ਨਹੀਂ ਉਠਾਈ ਜਾ ਸਕਦੀ। ਪੁਲਿਸ ਨੇ ਬਖੂਬੀ ਵਧੀਆ ਕੰਮ ਕੀਤਾ, ਪੁਲਿਸ ਨੇ ਸਮਰਾ ਚੁੰਗ ਮੇਰੇ ਬੋਤਲ ਲੱਗੀ ਸੀ, ਉਹ ਅਕਿਊਜ਼ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ, ਇਹ ਬੇਅਦਬੀ ਹੋਈ ਸੀ ਅਤੇ ਦੋਸ਼ੀ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ। ਲੇਕਿਨ ਪੁਲਿਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਜਿਹੜੇ ਲੋਕ ਕਹਿ ਰਹੇ ਨੇ ਉਹ ਪੁਲਿਸ ਦੀ ਛਵੀ 'ਤੇ ਠੇਸ ਪਹੁੰਚਾ ਰਹੇ ਨੇ, ਪੁਲਿਸ ਅੱਗੇ ਲਾਅ ਐਂਡ ਆਰਡਰ ਮੇਨਟੇਨ ਕਰਦੀ ਹੈ ਤਾਂ ਪੁਲਿਸ ਦੇ ਉੱਤੇ ਛਵੀ 'ਤੇ ਠੇਸ ਪਹੁੰਚਾਉਣ ਦਾ ਕੰਮ ਕੀ ਉਹਨਾਂ ਦਾ, ਉਹ ਕੌਣ ਹੁੰਦੇ ਨੇ, ਉਹ ਕੌਣ ਪਰਸਨ ਨੇ ਜਿਹੜੇ ਪੁਲਿਸ ਦੀ ਛਵੀ ਉੱਤੇ ਦਾ ਠੇਸ ਪਹੁੰਚਾਉਂਦੇ ਨੇ? ਲੇਕਿਨ ਚਲੋ, ਪੁਲਿਸ ਨੇ ਗ੍ਰਿਫਤਾਰੀ ਕੀਤੇ ਨੇ, ਹੁਣ ਇਨਕੁਆਇਰੀ ਤੋਂ ਬਾਅਦ ਜੋ ਰਿਮਾਂਡ ਲਿਆ ਜਾਊਗਾ ਫਿਰ ਪਤਾ
ਪਤਾ ਲੱਗੂਗਾ ਨਾ ਕਿਸ ਵਾਸਤੇ ਉਸਨੇ ਇਹ ਸਾਰਾ ਸੁਰਿੰਦਰ ਰੱਖਿਆ ਸੀ, ਕਿਉਂ ਭੋਲੇ ਸ਼ੰਕਰ ਦੀ ਮੂਰਤੀ ਨੂੰ ਖੜਿਤ ਕੀਤਾ ਗਿਆ, ਕਿਉਂ ਮਾਂ ਗੋਰਾ, ਮਾਂ ਕਾਰਤਿਕੇ, ਮਾਂ ਗਣੇਸ਼ ਜੀ, ਸ਼ਨੀ ਮਹਾਰਾਜ ਦੀ ਫੋਟੋ ਨੂੰ ਕਿਉਂ ਉਹਨੇ ਤੋੜਿਆ। ਬਿਲਕੁਲ, ਪੰਜਾਬ ਦਾ ਲਾਅ ਐਂਡ ਆਰਡਰ ਜਾਂ ਸਥਿਤੀ ਨੂੰ ਖਰਾਬ ਕਰਨਾ ਜਾਂ ਆਪਣੇ ਲੁਧਿਆਣੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਜਾਂ ਕੋਸ਼ਿਸ਼ ਕਰਨੀ, ਉਹਨੂੰ ਨੱਥ ਪੈ ਗਈ ਹੈ। ਪਰ ਅਸੀਂ ਇੱਕ 4 ਦਿਨਾਂ ਦਾ ਅਲਟੀਮੇਟ ਟਾਈਮ ਦੇ ਰਹੇ ਹਾਂ ਅਤੇ 6 ਘੰਟਿਆਂ ਦੇ ਵਿੱਚ ਜਾਂ ਉਸ 24 ਘੰਟੇ ਅੰਦਰ ਅੰਦਰ ਬੰਦਾ ਵੈਰੀਫਾਈ ਕਰਕੇ ਚੱਕ ਲਿਆ ਗਿਆ, ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਪਤਾ ਕੀਤਾ ਜਾ ਰਿਹਾ ਕਿ ਇਹ ਕਿਉਂ ਕਰਵਾਇਆ ਗਿਆ, ਕਿਹਦੀ ਸ਼ਹਿ 'ਤੇ ਕੀਤਾ ਜਾ ਰਿਹਾ। ਇੱਥੇ ਗੱਲ ਕਰਦਾ, ਚਲੋ ਜਿਨ੍ਹਾਂ ਨੇ 4 ਘੰਟੇ ਦਾ ਅਲਟੀਮੇਟ ਦਿੱਤਾ ਉਹਨਾਂ ਦਾ ਆਕਾ ਚਲੋ ਉੱਥੇ ਨਹੀਂ ਸੀਗਾ, ਲੇਕਿਨ ਪੁਲਿਸ ਦਾ 4 ਘੰਟਿਆਂ ਦਾ ਨਹੀਂ 4 ਦਿਨਾਂ ਦਾ 4 ਦਿਨਾਂ ਦਾ, ਲੇਕਿਨ ਉਹਨਾਂ ਦਾ ਆਕਾ ਇੱਥੇ ਨਹੀਂ ਸੀਗਾ, ਮੰਨ ਲਿਆ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਲੇਕਿਨ ਮੈਂ ਤੁਹਾਨੂੰ ਆਹ ਗੱਲ ਦੱਸ ਦਵਾਂ ਕਿ ਪੁਲਿਸ ਨੇ ਬਖੂਬੀ ਉਹਨਾਂ ਦਾ ਅਲਟੀਮੇਟਮ ਨਹੀਂ ਲੈਣਾ 4 ਦਿਨਾਂ ਦਾ, ਪੁਲਿਸ ਨੇ ਆਪਣੀ ਬਖੂਬੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ। ਮੈਂ ਤੁਹਾਨੂੰ ਗੱਲ ਦੱਸਦਾ, ਲੁਧਿਆਣੇ ਸ਼ਹਿਰ ਦੇ ਵਿੱਚ ਜੇ ਬੇਅਦਬੀ ਦਾ ਮਾਮਲਾ ਹੋਇਆ ਨਹੀਂ ਤਾਂ ਸਾਨੂੰ ਹਿੰਦੂ ਸਮਾਜ ਦੇ ਲੋਕਾਂ ਨੂੰ ਕੀ ਹੈ, ਜਿਹੜੇ ਹਿੰਦੂ ਸੰਗਠਨ ਦੇ ਲੋਕ ਆ, ਰੋਡਾਂ 'ਤੇ ਬਹਿ ਕੇ ਹੱਕ ਲੈਣਾ ਪੈਂਦਾ ਵਾ। ਅਤੇ ਪੁਲਿਸ ਨੇ ਵਿਦਿਨ 6 ਘੰਟਿਆਂ ਦੇ ਵਿੱਚ ਪਰਚਾ ਦਰਜ ਕੀਤਾ 295A ਦੇ ਤਹਿਤ, ਅਤੇ ਨਾਲੇ ਆਰੋਪੀ 24 ਘੰਟੇ ਦੇ ਵਿੱਚ ਆਰੋਪੀ ਗ੍ਰਿਫਤ ਦੇ ਵਿੱਚ ਲੈ ਲਿਆ। ਲੇਕਿਨ ਮੈਂ ਤੁਹਾਨੂੰ ਉੱਥੇ ਇੱਕ ਗੱਲ ਕਹਿ ਦੇਵਾਂ ਕਿ ਉੱਥੇ ਜਦੋਂ ਭੋਲੇ ਸ਼ੰਕਰ ਦੀ ਮੂਰਤ ਬੇਅਦਬੀ ਕੀਤੀ ਹੋਈ ਸੀਗੀ, ਖੰਡਿਤ ਕੀਤੀ ਹੋਈ ਸੀ ਮਾਂ ਗੋਰਾ ਦੇ ਸ਼ਿਵ ਪਰਿਵਾਰ ਦੀ, ਲੇਕਿਨ ਉਹਨਾਂ 'ਚ ਆਹ ਨਹੀਂ ਹੋਇਆ ਕਿ ਉਹਨਾਂ ਨੂੰ ਉਹਨਾਂ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਨਵੀਂ ਮੂਰਤੀਆਂ ਲਗਾ ਦਿੱਤੀਆਂ ਜਾਣ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਸਾਹਿਬ। ਇੱਥੇ ਤੁਹਾਨੂੰ ਮੈਂ ਜਵਾਬ ਦਿੰਦਾ ਵਾਂ, ਜਦੋਂ ਅਸੀਂ ਮੰਦਿਰ ਕਮੇਟੀ ਦੇ ਜਿੰਨੇ ਵੀ ਮੈਂਬਰ ਹੈਗੇ ਨੇ, ਜਿਹੜੇ ਸਰਪੰਚ ਸਾਹਿਬ ਨੇ ਜਾਂ ਉਹਨਾਂ ਦੇ ਨਾਲ ਇੱਕ ਹੋਰ ਜਿਹੜੇ ਹੈਗੇ ਨੇ ਸਾਡੇ ਰਾਜਪੂਤ ਸਾਹਿਬ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਅਤੇ ਉਹਨਾਂ ਨੇ ਕਿਹਾ, ਕਹਿੰਦੇ ਮੈਨੂੰ ਸੰਗਠਨਾਂ ਨੇ ਟਾਈਮ ਦਿੱਤਾ ਗਿਆ। ਮੈਂ ਕਿਹਾ ਸਾਡੇ ਲਾਇਕ ਕੋਈ ਸੇਵਾ ਹੈਗੀ? ਮੈਂ ਕਿਹਾ ਅਸੀਂ ਕਰਨ ਨੂੰ ਤਿਆਰ, ਮੈਂ ਕਿਹਾ ਤੁਸੀਂ ਸਾਨੂੰ ਹੁਕਮ ਲਗਾਓ, ਕੱਲ੍ਹ ਨੂੰ ਕੋਈ ਗੱਲ ਇਹ ਨਾ ਹੋਵੇ ਕਿ ਇਹ ਆ ਕੇ ਬਾਹਰੋਂ ਆ ਕੇ ਇਹਨਾਂ ਨੇ ਉੱਥੇ ਆ ਕੇ ਰਾਜਨੀਤੀ ਕੀਤੀ ਮੰਦਿਰ ਦੇ ਮੈਟਰ ਦੇ ਵਿੱਚ। ਮੈਂ ਕਿਹਾ ਕੱਲ੍ਹ ਨੂੰ ਸਾਡੇ 'ਤੇ ਸਵਾਲ ਇਹ ਨਾ ਖੜ੍ਹੇ ਹੋਣ, ਅਤੇ ਇਸ ਕਰਕੇ ਸਾਡਾ ਮੰਦਿਰ ਕਮੇਟੀ ਦੇ ਨਾਲ ਚੱਲਣਾ ਸਾਡਾ ਫਰਜ਼ ਬਣਦਾ ਸੀ। ਲੇਕਿਨ ਉਸ ਸ਼ਖਸ ਜਿਨ੍ਹਾਂ 'ਚ ਹਿੰਦੂ ਆਤਮਾਵਾਂ ਲੱਗਦੀਆਂ ਨਾ, ਜਿਹੜੇ ਦੇਵਤੀ ਦੇਵਤਿਆਂ ਨਾਲ ਪਿਆਰ ਕਰਦੇ ਨਾ, ਉਹ ਕੱਲ੍ਹ ਨੂੰ ਮੰਦਿਰ ਢੱਕ ਕੇ ਵੀ ਆਏ ਸੀਗੇ, ਮੰਦਿਰ ਦੇ ਚਾਰੋਂ ਪਾਸੇ ਲਾਲ ਰੰਗ ਦਾ ਪਰਦਾ ਲਗਾ ਕੇ ਆਏ ਸੀਗੇ, ਕਿਉਂਕਿ ਆਉਂਦੇ ਜਾਂਦੇ ਆਉਂਦੇ ਜਾਂਦੇ ਲੋਕ ਜਿਹੜੇ ਨੇ ਸਾਡੇ ਧਰਮ ਦੀ ਬੇਅਦਬੀ ਦੇਖਣਗੇ ਕਿ ਮਖੌਲ ਨਾ ਕਰ, ਕਈ ਲੋਕ ਜਿਹੜੇ ਹੁੰਦੇ ਨੇ ਮੂਰਤੀਆਂ ਨੂੰ ਲੁਕਾਉਣਾ, ਸਾਫ਼ ਹੈ ਕਿ ਉੱਥੇ ਬੇਅਦਬੀ ਹੋਈ ਹੈ ਅਤੇ ਉਸ ਨੂੰ ਢੱਕ ਦੇਣਾ ਚਾਹੀਦਾ ਮੰਦਿਰ ਨੂੰ, ਲੇਕਿਨ ਮੰਦਿਰ ਨੂੰ ਢੱਕਣਾ। ਮੈਂ ਇਹੀ ਗੱਲ ਕਹਿ ਰਹੀ, ਸਭ ਤੋਂ ਵੱਡੀ ਜੇ ਅਸੀਂ ਕਹਿ ਦਈਏ ਕਿ ਮੂਰਤੀਆਂ ਨੇ ਮੂਰਤ ਜਿਹੜੀ ਹੈ ਉੱਥੇ ਖੰਡਿਤ ਹੋ ਗਈਆਂ ਨੇ, ਖੰਡਿਤ ਤੋਂ ਬਾਅਦ ਹਿੰਦੂ ਸੰਗਠਨ ਪਹੁੰਚੇ, ਚਲੋ ਮੈਂ ਨਹੀਂ ਪਹੁੰਚਿਆ ਕਿਸੇ ਕਾਰਨ ਤੋਂ, ਮੈਂ ਪੰਜਾਬ ਤੋਂ ਬਾਹਰ ਸੀਗਾ, ਪਰ ਖੰਡਿਤ ਮੂਰਤੀ ਨੂੰ ਉਸ ਤੋਂ ਬਾਅਦ ਅਸੀਂ ਉੱਥੇ ਬਿਆਨ ਦੇ ਕੇ ਚਲੇ ਗਏ, ਤੁਹਾਡੇ ਚੈਨਲ ਮਾਧਿਅਮ ਨੂੰ ਕਈਆਂ ਨੇ ਬਿਆਨ ਦਿੱਤੇ ਆ, ਕਈ ਸੰਗਠਨ ਪਹੁੰਚੇ ਨੇ ਉਸ ਵਕਤ ਤੋਂ ਲੈ ਕੇ 2 ਦਿਨਾਂ ਤੱਕ, ਯਾਨੀ ਕਿ ਉੱਥੇ ਜਿਹੜੀ ਖੰਡਿਤ ਮੂਰਤੀਆਂ ਹੋਈਆਂ ਨੇ ਕਿ ਉਹ ਬੇਅਦਬੀ ਨਹੀਂ ਸੀ। ਸਭ ਤੋਂ ਵੱਡੀ ਤਾਂ ਗੱਲ ਇਹ ਵੀ ਆ ਕਿ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਫੱਟ ਫੱਟ ਕੇ ਬੋਲਦੇ ਨੇ, ਰਾਜਨੀਤੀ ਹੋਵੇ ਚਾਹੇ ਰਣਨੀਤੀ ਤਿਆਰ ਕਰਕੇ ਆਏ ਹੁਣ, ਮੈਂ ਉਸ ਪਟੜੇ 'ਚ ਮੈਂ ਪੈਣਾ ਨਹੀਂ ਚਾਹੁੰਦਾ, ਪਰ ਜੇ ਆਪਾਂ ਬਿਆਨ ਤੁਹਾਨੂੂੰ ਦੇ ਰਹੇ ਹਾਂ ਨਾ, ਤਾਂ ਕਿਤੇ ਨਾ ਕਿਤੇ ਅਸੀਂ ਵੀ ਸਨਾਤਨ ਧਰਮ ਨਾਲ ਜੁੜੇ ਹਾਂ, ਅਸੀਂ ਤਿਲਕ ਦੇ ਲਈ ਖੜ੍ਹੇ ਹਾਂ, ਕਿਤੇ ਨਾ ਕਿਤੇ ਖੜ੍ਹੇ ਹਾਂ ਅਸੀਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਯਾਨੀ ਕਿ ਜੇ ਬੇਅਦਬੀ ਤਾਂ ਕਹੋ ਵੀ ਹੈ ਨਾ, ਕੱਲ੍ਹ ਵੀ ਕੋਈ ਸੰਗਠਨ ਗਏ ਨੇ ਉੱਥੇ ਸਾਡੇ ਬੱਤਰਾ ਜੀ ਗਏ ਨੇ, ਉਹਨਾਂ ਨੇ ਪੂਰੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਉਹਨਾਂ ਨੇ ਮੰਦਿਰ ਨੂੰ ਢੱਕਿਆ ਅਤੇ ਵਿਸਰਜਨ ਕਰਵਾ ਕੇ ਆਏ। ਕੱਲ੍ਹ ਮੇਰੀ ਸ਼ਾਮ ਨੂੰ ਗੱਲ ਵੀ ਹੋਈ ਉਹਨਾਂ ਨਾਲ ਮੇਰੀ, ਮੈਂ ਬਹੁਤ ਵਧੀਆ, ਮੈਂ ਗੱਲ ਕਹਿ ਰਿਹਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਕੁਝ ਸੰਗਠਨ ਕਰ ਰਹੇ ਨੇ, ਪਰ ਜਿਹੜੇ ਰਾਜਨੀਤੀ ਕਰਨ ਜਾਂਦੇ ਨੇ ਕਿ ਰਾਜਨੀਤੀ ਪਰੇ ਹੋ ਕੇ ਸਾਨੂੰ ਸਨਾਤਨ ਨੂੰ ਇੱਕ ਬੈਚ 'ਤੇ ਖੜ੍ਹਾ ਹੋਣਾ ਪੈਣਾ ਆ, ਹਿੰਦੂ ਜਿੰਨਾ ਇੱਥੇ ਸਨਾਤਨ ਪਰਿਵਾਰ ਬੈਠਾ ਹੈ ਇਹਨਾਂ ਨੂੰ ਅੱਗੇ ਆਉਣਾ ਪੈਣਾ ਆ, ਨਹੀਂ ਤਾਂ ਅੱਜ ਜੇ ਕਿਸੇ ਮੰਦਿਰ ਦੇ ਵਿੱਚ ਇੱਕ ਘਟਨਾ ਵਾਪਰ ਗਈ ਆ, ਕੱਲ੍ਹ ਸਾਡੇ ਘਰ ਦੇ ਵਿੱਚ ਵੀ ਹਰਕਤ ਹੋ ਸਕਦੀ ਹੈ, ਦੇਖਿਆ ਜਾਵੇ ਹਰ ਮਹੱਲੇ 'ਚ ਹੋ ਰਿਹਾ ਹੈ। ਭਾਈ ਜੀ, ਇਹਦੇ ਵਿੱਚ ਨਾ ਲੜਾਉਣ ਦੀ ਗੱਲਾਂ ਚੱਲ ਪੈਂਦੀਆਂ, ਅਗਰ ਕੋਈ ਬੇਅਦਬੀ ਹੁੰਦੀ ਨਾ ਬੇਅਦਬੀਆਂ ਦੇ ਵਿੱਚ ਕਿਸੇ ਨੂੰ ਲੜਾਉਣ ਦੀ ਗੱਲਾਂ ਕਿਤੇ, ਕੌਮ ਨੂੰ ਲੜਾਉਣ ਦੀ ਗੱਲਾਂ ਕਿਤੇ, ਲੇਕਿਨ ਜੇ ਦੋਸ਼ੀ ਪਕੜੇ ਜਾਂਦੇ ਨੇ ਉਸ ਤੋਂ ਬਾਅਦ ਉਹ ਇੱਕ ਮਿੰਟ ਬਾਈ ਜੀ, ਉਸ ਤੋਂ ਬਾਅਦ ਨਵਾਂ ਤੱਥ ਸਾਹਮਣੇ ਆਉਂਦਾ, ਕਿਸੇ ਇੰਸਟੈਂਕਸ਼ਨ ਨਹੀਂ ਸੀਗੀ ਕਿ ਲੜਾਉਣ ਦੀ, ਲੇਕਿਨ ਇਹ ਕੀਤਾ ਗਿਆ ਕੀ ਪੀ ਪਲੈਨਿੰਗ ਸੀ, ਕੀ ਦਿਮਾਗ ਸੀਗਾ, ਲੇਕਿਨ ਪੁਲਿਸ ਰਿਮਾਂਡ ਤੋਂ ਬਾਅਦ ਪਤਾ ਲੱਗ ਸਕਦਾ। ਜਿਹੜਾ ਤੁਹਾਡਾ ਸਵਾਲ ਆ ਗਲਤ ਹੈ, ਕੌਮ ਦੀ ਗੱਲ ਨਹੀਂ ਆਉਂਦੀ, ਪਹਿਲੀ ਗੱਲ ਤਾਂ ਇਹ ਜਿਹੜਾ ਬੇਅਦਬੀ ਕਰਦਾ ਵਾ ਉਹਦਾ ਕੋਈ ਧਰਮ ਨਹੀਂ ਹੁੰਦਾ, ਪਹਿਲੇ ਗੱਲ, ਚਾਹੇ ਨਾ ਉਹ ਮੁਸਲਮਾਨ ਹੈ, ਨਾ ਉਹ ਸਰਦਾਰ, ਨਾ ਉਹ ਹਿੰਦੂ, ਨਾ ਉਹ ਕ੍ਰਿਸਚਨ, ਉਹਦਾ ਕੋਈ ਧਰਮ ਨਹੀਂ ਹੁੰਦਾ, ਉਹ ਇੱਕ ਸਿਰਫ ਇੱਕ ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਤੁਹਾਨੂੰ ਉਹੀ ਗੱਲ ਕਹੀ ਆ, ਮੰਦਿਰ ਦੇ ਉੱਪਰ ਰਾਜਨੀਤੀ ਨਾ ਕੀਤੀ ਜਾਵੇ, ਮੈਂ ਤਾਂ ਇਹੀ ਗੱਲ, ਮੈਂ ਪਹਿਲੇ ਦਿਨ ਵੀ ਇਹੀ ਗੱਲ ਕੀਤੀ ਸੀਗੀ। ਜੇ ਆਪਾਂ ਗੱਲ ਕਰੀਏ, ਜੇ ਕੋਈ ਧਰਮ ਦਾ ਨਹੀਂ ਹੈ, ਅਸਲ 'ਚ ਜਿਸ ਸਕੂਲ 'ਚ ਜਨਮਿਆ ਬੰਦਾ ਉਹ ਹੈ ਤਾਂ ਸਨਾਤਨ ਧਰਮ ਦੇ ਵਿੱਚ ਜੰਮਿਆ, ਉਹ
ਬਿਹਾਰ ਦਾ ਸੀਗਾ ਜਿਹੜਾ ਫੜਿਆ ਗਿਆ, ਵੈਰੀਫਾਈ ਕੀਤਾ ਗਿਆ, ਸਨਾਤਨ ਧਰਮ 'ਚ ਜੰਮਿਆ। ਹੁਣ ਆਪਾਂ ਕਹਿ ਦਿੰਦੇ ਹਾਂ ਕਿ ਹੁਣ ਆਪਾਂ ਕਿੱਥੇ ਖੜੇ ਹਾਂ, ਪ੍ਰਸ਼ਾਸਨ ਦੇ ਪੁਲਿਸ ਕਮਿਸ਼ਨਰ ਦੇ ਪੇਜ ਦੇ ਉੱਪਰ ਦੇ ਵਿੱਚ ਕੁਝ ਸੰਗਠਨ ਗੱਲ ਪਾ ਰਹੇ ਨੇ ਕਿ ਕਹਿੰਦੇ ਬੰਦਾ ਉਹ ਹੈ ਨਹੀਂ ਹੈ, ਕਿ ਗੱਲ ਦਬਾਈ ਗਈ ਹੈ। ਗੱਲ ਮੈਂ ਕਹਿੰਦਾ ਦਬਾਈ ਗਈ ਹੈ ਤਾਂ ਤੁਸੀਂ ਇਨਵੈਸਟੀਗੇਸ਼ਨ ਕਰਵਾਓ ਜਾਂ ਇੱਕ SIT ਟੀਮ ਗਠਿਤ ਕਰੋ ਤਾਂ ਤੁਸੀਂ ਮਾਮਲੇ ਨੂੰ ਵਧਾਓ। ਮਤਲਬ ਪ੍ਰਸ਼ਾਸਨ ਨੂੰ ਖੁੱਲ੍ਹਾ ਖੁੱਲ੍ਹਾ ਤੁਸੀਂ CP ਸਾਹਿਬ ਨੂੰ ਚੈਲੇਂਜ ਕਰ ਰਹੇ ਹੋ, SP ਸਾਹਿਬ ਨੂੰ ਚੈਲੇਂਜ ਕਰ ਰਹੇ ਹੋ। CP ਸਾਹਿਬ ਬਹੁਤ ਕਾਬਲੀ ਤਾਰੀਫ਼ ਕੰਮ ਕਰ ਰਹੇ ਨੇ, SP ਸਾਹਿਬ ਬੜੇ ਕਾਬਲੀ ਤਾਰੀਫ਼ ਕੰਮ ਕਰ ਰਹੇ ਨੇ, ਲੇਕਿਨ ਇਹ ਲੋਕ ਜਿਹੜੇ ਨੇ ਉਹਨਾਂ ਦੇ ਕੰਮ 'ਚ ਵਿਕਣ ਪਾਉਂਦੇ ਨੇ। ਇਹ ਸੱਚਾਈਆਂ ਨੇ ਕਿ ਜੋ ਕੰਮ ਲਗਾਤਾਰ ਇੱਥੇ ਹੋ ਰਿਹਾ, ਇਨਕਾਊਂਟਰ ਤਾਂ ਇਨਕਾਊਂਟਰ ਹੋ ਰਹੇ ਨੇ, ਗੈਂਗਸਟਰ ਫੜੇ ਜਾ ਰਹੇ ਨੇ। ਪਿੱਛੇ ਜੀ ਵੀ ਹੁਣ ਯਾਨੀ ਕਿ ਪਿੱਛੇ ਘਟਨਾ ਵਾਪਰੀ ਸੀਗੀ, ਬੰਦੇ ਫੜੇ ਗਏ, ਉਹ ਸਿੰਘ ਇੱਕ ਰਾਈਟਰ ਸੀਗਾ, ਰਾਈਟਰ 'ਤੇ ਵੀ ਗੋਲੀ ਚੱਲਣ, ਗੋਲੀ ਚੱਲਣੀ ਸੀਗੀ, ਉਹ ਬੰਦਾ ਵੀ ਫੜਿਆ ਗਿਆ। ਹਰ ਤਾਂ ਬੰਦਾ ਹੁਣ ਪਿੱਛੇ ਹੁਣ ਇੱਕ ਗੋਲੀ ਚੱਲੀ, ਹੁਣ ਇੱਕ ਬੰਦੇ ਦੇ ਹੋਰ 'ਤੇ ਆਪਣੇ ਆਪ ਦੇ ਆਗੂ 'ਤੇ ਹੁਣ ਤਾਜ਼ੀ ਤਾਜ਼ੀ ਗੋਲੀ ਚੱਲੀ ਹੈ, ਇਹ ਵੀ ਬੰਦਾ ਵੈਰੀਫਾਈ ਹੋ ਕੇ ਫੜਿਆ ਜਾਣਾ ਆ। ਕੋਈ ਇਹ ਗੱਲ ਨਹੀਂ ਹੈ, ਪ੍ਰਸ਼ਾਸਨ ਨੂੰ ਕੰਮ ਕਰ ਰਹੀ ਹੈ, ਪਰ ਅਸਲ ਦੇ ਵਿੱਚ ਉਹਨਾਂ ਦੇ ਹੱਥਾਂ ਨੂੰ ਬੇੜੀਆਂ ਕੌਣ ਬੰਨ ਦਿੰਦਾ ਆ? ਬੰਨਣ ਵਾਲੇ ਕਿਹੜੇ ਨੇ? ਚੁੱਪ ਕਰਾਉਣ ਵਾਲੇ ਪਿੰਡ ਹਰ ਵਕਤ ਰਾਜਨੀਤੀ ਤੋਂ ਪਰੇ ਉੱਠ ਕੇ ਕਿਸਾਨਾਂ ਦੇ ਮੁੱਦੇ ਨੂੰ ਪਰੇ ਹਟ ਕੇ ਅੱਗੇ ਨੂੰ ਆਉਣਾ ਚਾਹੀਦਾ, ਸਨਾਤਨ ਧਰਮ ਅੱਗੇ ਆਉਣਾ ਚਾਹੀਦਾ। ਲੱਗਦਾ ਨਹੀਂ ਕਿ ਪੁਲਿਸ ਨੂੰ ਫ੍ਰੀ ਹੈਂਡ ਕਰ ਲੈਣਾ ਚਾਹੀਦਾ, ਪੁਲਿਸ ਲਾਉਣਾ ਪੂਰੀ ਤਰ੍ਹਾਂ ਮੇਨਟੇਨ ਕਰ ਲੇਗੀ, ਕਿਉਂਕਿ ਪੁਲਿਸ ਦੀ ਵਰਦੀ ਦਾ ਖੋਹ ਬੜਾ ਸਤਾਉਣ ਲੱਗ ਜਾਏਗਾ। ਅਗਰ ਪੁਲਿਸ ਦੇ ਪਿੱਛੇ ਕੋਈ ਰਾਜਨੀਤੀ ਦਬਾਅ ਨਹੀਂ ਹੋਊਗਾ ਨਾ, ਪੁਲਿਸ ਫ੍ਰੀ ਹੈਂਡ ਹੋ ਜਾਏਗੀ ਤਾਂ ਕੰਮ ਬੜੇ ਬਖੂਬੀ ਹੋਣਗੇ, ਸ਼ਹਿਰ ਦਹਿਸ਼ਤਗਰਦੀ ਨਹੀਂ ਹੋ ਸਕਦੀ। ਦੇਖੋ ਤੁਹਾਡੀ ਗੱਲ ਸੱਚਾਈ ਹੈ, ਪ੍ਰਸ਼ਾਸਨ ਅਸਲ ਦੇ ਵਿੱਚ ਆਪਣੀ ਆਏ ਤੇ ਆ ਜਾਵੇ ਤਾਂ 84 ਦੇ ਵਿੱਚ ਵੀ ਮਾਹੌਲ ਜਦੋਂ ਖਰਾਬ ਹੋਏ, 92 ਤੱਕ ਹੋਇਆ ਸੀਗਾ, ਪ੍ਰਸ਼ਾਸਨ ਦੇ ਹੱਥ ਦੇ ਵਿੱਚ ਕਮਾਨ ਦਿੱਤੀ ਗਈ ਸੀਗੀ, ਤਾਂ ਕਮਾਨ ਅੱਜ ਦੇ ਟਾਈਮ 'ਚ ਦੇਣੀ ਚਾਹੀਦੀ ਹੈ। ਇਹ ਸਰਕਾਰ, ਆਮ ਆਦਮੀ ਪਾਰਟੀ ਸੋਚਣਾ ਚਾਹੀਦਾ ਆ, ਬਹੁਤ ਜਾਂਚ ਦਾ ਵਿਸ਼ਾ ਹੈ, ਦੇ ਦਿਓ ਇਹਨਾਂ ਨੂੰ ਤਾਂ ਅਸਲ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਕਿ ਚੱਪਲ ਤੱਕ ਵੀ ਨਹੀਂ ਚੋਰੀ ਹੋਏਗੀ। ਇਹ ਵੀ ਇੱਕ ਸੱਚਾਈ ਹੈ, ਚਿੱਟਾ ਤਾਂ ਬਹੁਤ ਦੂਰ ਦੀ ਵਿਕਣ ਦੀ ਗੱਲ ਹੈ ਕਿ ਅਸਲ ਦੇ ਵਿੱਚ ਘਰ ਘਰ ਦੇ ਵਿੱਚ ਇੱਥੇ ਇਕੱਲੇ ਇਕੱਲੇ ਸ਼ਸਤਰ ਪਹੁੰਚੇ ਹੋਏ ਨੇ। ਇੱਕ ਚਲਾਨ ਛੁਡਾਉਣ ਵਾਸਤੇ KSI ਚਲਾਨ ਕਰਦਾ ਹੁੰਦਾ, ਉਹਨੂੰ MLA ਦੀ ਫੋਨ ਆ ਜਾਂਦਾ ਕਿ ਮੇਰਾ ਬੰਦਾ ਛੱਡ ਦੇ, ਲੇਕਿਨ ਉਹ ASI ਦੇ, ਮੈਂ ਕਹੂੰਗਾ ਕਾਬਲੀ ਤਾਰੀਫ ਹੈ ਕਿ ਉਹ ASI ਨੇ ਸਾਫ਼ MLA ਨੂੰ ਕਹਿਤਾ ਕਿ ਤੁਸੀਂ ਕੌਣ ਹੋ, ਮੈਂ ਤੁਹਾਡੀ ਗੱਲ ਨਹੀਂ ਮੰਨਦਾ, ਕਿੱਥੇ ਦਾ ਇਹ MLA ਹੋਊਗਾ ਉਹ? ਪਹਿਲਾਂ ਤਾਂ ਗੱਲ ਮੈਂ ਕਰਾਂਗਾ, ਜਿਹੜਾ ਉੱਥੇ ਮੰਦਰ ਦੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਜਾਂਦੀਆਂ, ਸਰਕਾਰ ਦੇ ਉੱਤੇ ਸਵਾਲ ਖੜੇ, ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਅਕਾਲੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਆਪ ਦੀ ਸਰਕਾਰ, ਕੋਈ ਸਰਕਾਰ ਇਹ ਗੱਲ ਨਹੀਂ ਕਹੇਗੀ ਕਿ ਕਿਸੇ ਪ੍ਰਭੂ ਦਾ ਮੰਦਰ ਦੇ ਘਰ ਦੀ ਬੇਅਦਬੀ ਹੋਵੇ। ਆਪਾਂ ਲੋਕ ਉੱਠਦੇ, ਆਪਾਂ ਲੋਕ ਕਹਿੰਦੇ ਹਾਂ ਕਿ ਸਰਕਾਰ ਨੇ ਇਹ ਕੰਮ ਕਰਾਤਾ, ਕਿਆ ਸਰਕਾਰ ਦੇ ਕਿਸੇ ਆਗੂ ਨੇ ਕਰਾਇਆ? ਇਹ ਪੁਸ਼ਟੀ ਹੋਈ ਹੈ? ਜਦ ਤੱਕ ਕਹੋ ਨਾ ਸਰਕਾਰ ਦੇ ਬੰਦੇ ਨੇ ਕੰਮ ਕਰਾਇਆ, ਸਰਕਾਰ ਨੂੰ ਬਦਨਾਮ ਕਰਨਾ, ਕਿਤੇ ਨਾ ਕਿਤੇ ਲੁਧਿਆਣੇ ਸ਼ਹਿਰ ਦੇ ਵਿੱਚ ਆਪ ਦਾ ਜਿਹੜਾ ਸਟੈਂਡ ਹੋਇਆ ਹੋਇਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਈਆਂ। ਮੁੱਖ ਮੰਤਰੀ ਸਾਹਿਬ ਦੱਸੋ, 2 ਸਾਲ ਦੇ ਵਿੱਚ ਕਿਹੜੀ ਸਰਕਾਰ ਸਟੈਂਡ ਕਰ ਲੈਂਦੀ? ਜਿਹੜੀ ਨਵੀਂ ਸਰਕਾਰ ਵੀ ਆਉਂਦੀ ਉਹ ਵੀ ਸਟੈਂਡ ਨਹੀਂ ਹੋ ਪਾਉਂਦੀ। ਮੈਂ ਵੀ ਉਹੀ ਗੱਲ, ਸਰਕਾਰ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਗੱਲ ਕੀਤੀ ਜਾਂਦੀ, ਸਰਕਾਰ ਦੇ ਉੱਤੇ ਇਲਜ਼ਾਮ ਲਗਾਉਣ ਦੀ ਗੱਲ, ਇਹ ਸੱਚਾਈਆਂ ਨੇ। ਅਸਲ ਦੇ ਵਿੱਚ ਅਸੀਂ 20-25 ਸਾਲ ਆਪਾਂ ਅਕਾਲੀ ਸਰਕਾਰ ਨੂੰ ਦੇ ਦਿੰਦੇ ਹਾਂ, 30-40 ਸਾਲ ਆਪਾਂ ਕਾਂਗਰਸ ਸਰਕਾਰ ਨੂੰ ਦੇ ਰਹੇ ਹਾਂ। ਮੌਜੂਦਾ ਸਰਕਾਰ ਆਈ ਹੈ, 5 ਸਾਲ ਪੂਰੇ ਬੀਤੇ ਨਹੀਂ, 2.5 ਸਾਲ ਦੇ ਵਿੱਚ ਕੰਮ ਕਰਕੇ ਉਹ ਦਿਖਾਤੇ ਜਿਹੜੇ ਕੰਮ ਉਹਨਾਂ ਨੇ ਅਸਲ 'ਚ 50 ਸਾਲ ਤੋਂ ਨਹੀਂ ਹੋਏ। ਇਨਕਾਊਂਟਰ ਤਾਂ ਇਨਕਾਊਂਟਰ ਹੋ ਰਹੇ ਨੇ, ਕਿੰਨੇ ਕੁ ਇਨਕਾਊਂਟਰ ਪਹਿਲਾਂ ਹੋਏ ਸੀਗੇ, ਕਿੰਨਾ ਦੇ ਹੋ ਰਹੇ, ਬਹੁਤ ਸੋਚਣ ਦਾ ਜਾਂਚ ਦਾ ਵਿਸ਼ਾ। ਅਸਲ ਦੇ ਵਿੱਚ ਜੋ UP ਦੇ ਵਿੱਚ ਯੋਗੀ ਆਦਿੱਤਿਆਨਾਥ ਨੇ, ਭਗਵੰਤ ਮਾਨ ਸਰਕਾਰ ਵੀ ਇੱਥੇ ਉਹੀ ਚੀਜ਼ ਕਰਵਾਉਣਾ ਚਾਹੁੰਦੀ ਆ, ਕਰ ਵੀ ਰਹੀ ਹੈ, ਪਰ ਅਸਲ ਦੇ ਵਿੱਚ ਉਂਗਲ ਉਠਾਉਣ ਵਾਲੇ ਕੌਣ ਨੇ? ਸਾਡੇ ਵਰਗੇ ਬੰਦੇ ਕੋਲ ਜੱਗੇ ਆ ਜਾਂਦੇ ਨੇ, ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਚੰਦ ਰੁਪਈਆਂ ਦੀ ਖਾਤਰ, ਚੰਦ ਕਿਸੇ ਓਪੋਜ਼ਿਟ ਪਾਰਟੀ ਨਾਲ ਜੁੜ ਕੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ। ਇੰਨੇ ਪੁਲਿਸ ਪ੍ਰਸ਼ਾਸਨ ਨਾਲ ਖੜਕਿਆਂ ਦਾ, ਇੰਨੇ ਮੁੱਦੇ ਵਧੀਆ ਲੈਵਲ ਦੇ ਹਾਈ ਪ੍ਰੋਫਾਈਲ ਦੇ ਮੁੱਦੇ ਚੱਕਤੇ ਇਹਨਾਂ ਨੇ, ਕੋਈ ਘਟਨਾਵਾਂ ਕਿਤੇ ਵਾਪਰਦੀਆਂ ਨੇ, ਅਲੱਗ ਅਲੱਗ ਇਹਨਾਂ ਨੇ ਡਿਪਾਰਟਮੈਂਟ ਬਣਾ ਦਿੱਤੇ ਨੇ। ਹਰ ਤਰ੍ਹਾਂ ਦੀ ਹਿਸਾਬ ਨਾਲ ਆਮ ਆਦਮੀ ਪਾਰਟੀ ਫਰੰਟ ਤੋਂ ਖੜੀ ਹੋ ਰਹੀ ਹੈ। ਅਸੀਂ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਸਮਰਥਨ ਕਰਦੇ ਹਾਂ, ਉਹਨਾਂ ਦੇ ਕੰਮ ਨੂੰ ਅਸੀਂ ਕਹਿ ਰਹੇ ਹਾਂ, ਉਹਨਾਂ ਦੇ ਕੰਮ ਦੇ ਉੱਪਰ ਡਿਪੈਂਡੇਬਲ ਕਰਦੇ ਹਾਂ। ਜਿਹੜੇ ਆਪਣੇ ਆਮ ਆਦਮੀ ਪਾਰਟੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਨੇ ਪੁਲਿਸ ਪ੍ਰਸ਼ਾਸਨ ਦੇ ਹਿੱਤਾਂ ਦੇ ਲਈ ਦੇਖੋ 430 ਵਾਹਨ ਜਿਹੜੇ ਕਿ 410 ਵਾਹਨ ਜਿਹੜੇ ਦਿੱਤੇ, ਸੜਕ ਸੁਰੱਖਿਆ ਫੋਰਸ ਕਿਹਦੇ ਲਈ ਕਰ ਰਹੇ? ਕਰ ਤਾਂ ਪੰਜਾਬ ਦੇ ਹਿੱਤਾਂ ਲਈ ਕਰ ਰਹੇ, ਜੋ ਆਪਣੇ ਘਰ ਦੇ ਖਾਤਰ ਕਰਦੇ ਪਏ ਨੇ, ਕਰਦੇ ਤਾਂ ਪੰਜਾਬ। ਮਾਣਯੋਗ DGP ਆਪਣੇ ਗੌਰਵ ਯਾਦਵ ਜੀ ਨੂੰ ਉਹਨਾਂ ਸਖ਼ਤ ਨਿਰਦੇਸ਼ ਦਿੱਤੇ ਹੋਏ ਆ, ਕਿਸੇ ਵੀ ਗੈਂਗਸਟਰ ਦੇ ਖਿਲਾਫ਼ ਕੋਈ ਵੀ ਆਪਣਾ ਉਹ ਨਹੀਂ ਵਰਤਣਾ ਹੈਗਾ, ਸਖ਼ਤ ਜੋ ਕੀਤਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਗੈਂਗਸਟਰ ਦੇ ਉੱਤੇ। ਦੇਖੋ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਕਿਵੇਂ ਇਨਕਾਊਂਟਰ 'ਤੇ ਇਨਕਾਊਂਟਰ ਹੋ ਰਿਹਾ ਵਾ,
ਪੰਜਾਬ ਦਾ ਮਾਹੌਲ ਨੂੰ ਠੱਲ ਪਾਉਣ ਦੀ ਕੋਸ਼ਿਸ਼ ਪੂਰੀ ਸਰਕਾਰ ਕਰ ਰਹੀ ਹੈ। ਬਾਕੀ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ, ਪੰਜਾਬ ਦੇ ਵਿੱਚ ਜਿਹੜਾ ਭਾਈਚਾਰਾ ਬਣਿਆ ਵਾ ਉਹਨੂੰ ਬਣਿਆ ਰਹਿਣ ਦਿੱਤਾ ਚਾਹੀਦਾ, ਅਤੇ ਬਾਕੀ ਜੋ ਕੰਮ ਸਰਕਾਰ ਕਰ ਰਹੀ ਹੈ ਸਰਕਾਰ ਨੂੰ ਦੇਖਣਾ ਚਾਹੀਦਾ। ਮੈਂ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਇੱਕ ਵਾਰ ਤੁਸੀਂ ਮੌਕਾ ਦਿੱਤਾ ਵਾ ਤਾਂ ਸਰਕਾਰ ਨੂੰ ਦੇਖੋ ਤਾਂ ਸਹੀ ਇੱਕ ਵਾਰੀ। ਬਿਲਕੁਲ, ਇਹ ਸਾਡੇ ਨਾਲ ਨੀਰਜ ਅਤੇ ਹਿੰਮਤ ਸਾਡੇ ਨਾਲ ਮੌਜੂਦ ਸੀਗੇ, ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਪੁਲਿਸ ਨੂੰ ਬਦਨਾਮ ਕਰਨ ਦੀ ਕਈ ਲੋਕ ਜਿਹੜੇ ਕੋਸ਼ਿਸ਼ਾਂ ਕਰਦੇ, ਲੇਕਿਨ ਪੁਲਿਸ ਆਪਣਾ ਬਖੂਬੀ ਕੰਮ ਕਰਦੀ ਹੈ। ਪੁਲਿਸ ਨੇ ਮੰਦਰ ਦੇ ਵਿੱਚ ਜਿਹੜੀ ਭੰਨ ਤੋੜ ਕੀਤੀ ਗਈ ਸੀ, ਮੂਰਤੀਆਂ ਖੰਡਿਤ ਕੀਤੀਆਂ ਸੀਗੀਆਂ, ਉਹਦੇ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਵਾ, ਲੇਕਿਨ ਕਈ ਲੋਕ ਹਜੇ ਵੀ ਇਹ ਕਹਿੰਦੇ ਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ ਕਹਿੰਦੇ ਨੇ ਕਿ ਮਤਲਬ ਇਹ ਅਕਿਊਜ਼ ਉਹ ਵਾਲਾ ਨਹੀਂ ਹੈਗਾ, ਲੇਕਿਨ ਪੁਲਿਸ ਆਪਣੀ ਤਫਦੀਸ਼ ਦੇ ਵਿੱਚ ਬਿਲਕੁਲ ਹੀ ਸਹੀ ਸਾਬਿਤ ਹੋ ਰਹੀ ਹੈ। ਪੁਲਿਸ ਨੇ ਉਸ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿਆ ਜਿੱਥੇ ਮੰਦਰ ਦੇ ਵਿੱਚ ਤੋੜ ਭੰਨ ਕੀਤੀ ਸੀਗੀ, ਲੇਕਿਨ ਤੁਹਾਨੂੰ ਦੱਸ ਦਈਏ ਕਿ ਲੋਅ ਐਂਡ ਆਰਡਰ ਮੇਨਟੇਨ ਕਰਨਾ ਪੁਲਿਸ ਦੇ ਹੱਥ ਵਿੱਚ ਹੁੰਦਾ ਕਿ ਪੁਲਿਸ ਦੇ ਉੱਤੇ ਕਈ ਵਾਰ ਦਬਾਅ ਵੀ ਹੁੰਦਾ, ਲੇਕਿਨ ਪੁਲਿਸ ਨੂੰ ਅਗਰ ਹੈਂਡ ਫਰੀ ਕਰ ਦਿੱਤਾ ਜਾਵੇ, ਰਾਜਨੀਤਿਕ ਸ਼ੈਲਟਰ ਤੋਂ ਥੱਲੇ ਉੱਤੇ ਕਰ ਦਿੱਤਾ ਜਾਵੇ ਪੁਲਿਸ ਨੂੰ, ਤਾਂ ਪੰਜਾਬ ਇੱਕ ਸੋਨੇ ਚਿੜੀ ਬਣ ਸਕਦਾ ਹੈ। ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਖੂਬੀ ਬਕਾਇਦਾ ਕਾਇਮ ਵੀ ਹੋ ਸਕਦੀ, ਲੇਕਿਨ ਹੁਣ ਵੀ ਕਾਇਮ ਹੈਗੀ ਹੈ। ਲੇਕਿਨ ਅਗਰ ਪੁਲਿਸ ਫਰੀ ਹੋ ਜਾਏਗੀ ਤਾਂ ਕੋਈ ਵੀ ਦਹਿਸ਼ਤਗਰਦੀ ਕਰਨ ਦਾ ਇਤਿਹਾਸ ਸੋਚੂਗਾ ਕਿ ਕਿਸੇ ਵੀ MLA ਜਾਂ ਕਿਸੇ ਮੰਤਰੀ ਦੀ ਸਿਫਾਰਿਸ਼ ਨਹੀਂ ਚੱਲੇਗੀ, ਕਿਉਂਕਿ ਪੁਲਿਸ ਹੁਣ ਹੈਂਡ ਫਰੀ ਹੋ ਚੁੱਕੀ ਹੋਈ ਹੈ। ਲੇਕਿਨ ਇਹਦੇ 'ਚ ਗੱਲ ਆ ਕੀਤੀ ਜਾਵੇ ਸਮਾਜ ਨੂੰ ਲੜਾਉਣ ਵਾਲੇ ਲੋਕਾਂ ਨੂੰ ਇੱਕ ਸੰਦੇਸ਼ ਆ ਕਿ ਸਮਾਜ ਨੂੰ ਲੜਾਓ ਨਾ, ਸਮਾਜ ਦੀ ਵੰਡ ਨਾ ਪੈਦਾ ਕਰੋ, ਕਿਉਂਕਿ ਸਮਾਜ ਦੇ ਵਿੱਚ ਸਾਰੇ ਰਹਿਣ ਵਾਲੇ ਅਸੀਂ ਇਨਸਾਨ ਹਾਂ, ਅਤੇ ਇਨਸਾਨ ਹੀ ਜਿਹੜੇ ਨੇ ਹਰ ਧਰਮ ਲਈ ਸਾਂਝੇ ਹੁੰਦੇ ਨੇ। ਪੁਲਿਸ ਦਾ ਵੀ ਇਹ ਸੰਦੇਸ਼ ਹੁੰਦਾ ਕਿ ਹਰ ਧਰਮ ਦੇ ਸਾਂਝੇ ਰਹੀਏ ਅਤੇ ਹਰ ਧਰਮ ਨੂੰ ਮੁੱਠੀ ਬੰਦ ਕਰਕੇ ਰੱਖੀਏ, ਕਿਉਂਕਿ ਧਰਮ ਹਰ ਕਿਸੇ ਨੂੰ ਆਸ ਕਰਦਾ। ਮਜ਼ਹਬ ਵਿੱਚ ਕਦੀ ਵੈਰ ਨਹੀਂ ਰੱਖਣਾ ਚਾਹੀਦਾ, ਮਜ਼ਹਬ ਹਰ ਕਿਸੇ ਦਾ ਸੇਮ ਹੁੰਦਾ। ਵੈਲੋ ਦਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ।